अमृतसर के कैम्ब्रिज इंटरनेशनल स्कूल में प्लस वन की विद्यार्थी गुरबख्शीश कौर ने आत्महत्या कर ली है। उसके पास जो सुसाइड नोट बरामद हुआ है उसमें उसने लिखा है कि ऑनलाइन क्लासों में उसे कुछ समझ नहीं आती, इसलिए पढ़ाई का बोझ उस पर दिन ब दिन बढ़ता जा रहा है, इसलिए वह अपनी जीवन लीला समाप्त करने जा रही है। बताना जरूरी है कि गुरबख्शीश कौर की माता सुखराज कौर गुरु नानक देव विश्वविद्यालय में प्रोफेसर तैनात हैं और इसने अपने सरकारी क्वार्टर में ही खुदकुशी की है। इसी को लेकर हमने थाना कंटोनमेंट के इंचार्ज रंजीत सिंह से बात की है, आइए बताते हैं वह क्या कहते हैं। प्लस वन की छात्रा की ओर से आज सुसाइड कर लिया गया है। गुरु नानक देव यूनिवर्सिटी के अंदर वह रहती थी, नाम था गुरबख्शीश कौर। हमारे साथ हैं थाना कंटोनमेंट के SHO रंजीत सिंह धालीवाल, इनसे बात करते हैं कि आखिर क्या मामला था और बच्ची ने क्यों सुसाइड किया है, उससे जो सुसाइड नोट मिला है उसमें क्या लिखा है। सत श्री अकाल रंजीत जी, थोड़ा तुसी दसना भी एक बच्ची ने अज किन्ने बजे की घटना है। ये कल दी घटना है जी। कल जदों ए पेरेंट्स ने वेख्या भी हैंगिंग की हुई है, खाने वास्ते इनू बुलाया तो वो फिर इनू यकदम इनू अमनदीप हॉस्पिटल इतने लै के आए जिथे डॉक्टर साहब ने इन्हों मृतक करार दे दिता। सानू फिर अमनदीप हॉस्पिटल वाले ने दसिया भी इतने हैंगिंग हुई है तो एक लड़की ने सुसाइड किया है। फिर असी गए मौके पर तो उतों फिर सारा कुछ क्लीयर होया। ਤੁਹਾਨੂੰ ਕੋਈ ਜਿਹੜੀ ਪ੍ਰਾਥਮਿਕ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਪਤਾ ਲੱਗਿਆ ਜੀ ਬੱਚੇ ਨੇ ਕਿਉਂ ਸੁਸਾਈਡ ਕੀਤਾ? ਇਹਦੇ ਮਾਂ ਪਿਓ ਦੇ ਕਹਿਣ ਅਨੁਸਾਰ ਵੀ ਇਹ ਔਨਲਾਈਨ ਪੜ੍ਹਾਈ ਹੋਣ ਕਰਕੇ ਇਸ ਨੂੰ ਮਤਲਬ ਇੰਨਾ ਸਮਝ ਨਹੀਂ ਸੀ ਆ ਰਿਹਾ, ਇਸ ਕਰਕੇ ਸਟ੍ਰੈਸ ਦੇ ਵਿੱਚ ਰਹਿ ਰਹੀ ਸੀ ਅਤੇ ਉਸੇ ਵਜ੍ਹਾ ਕਰਕੇ ਇਹਨੇ ਸੁਸਾਈਡ ਕਮਿਟ ਕੀਤਾ ਹੈ। ਜੀ ਇਹਦੇ ਮਦਰ ਵੀ ਜਿਹੜੇ ਨੇ ਮੇਰੇ ਖਿਆਲ ਪ੍ਰੋਫੈਸਰ ਨੇ ਸੁਖਰਾਜ ਕੌਰ ਯੂਨੀਵਰਸਿਟੀ ਦੇ ਅੰਦਰ ਹੀ, ਕੀ ਇਹਨਾਂ ਦੱਸਦੇ ਨੇ ਵੀ ਬੱਚੀ ਨੇ ਕਦੀ ਗੱਲ ਕੀਤੀ ਸਾਡੇ ਨਾਲ ਇਹਦੇ ਬਾਰੇ ਵੀ ਮੈਂ ਸਟ੍ਰੈਸ 'ਚ ਰਹਿੰਦੀ ਹਾਂ? ਨਹੀਂ, ਇਹ ਇਹਨਾਂ ਨੇ ਦੱਸਿਆ ਵੀ ਮਤਲਬ ਸਾਨੂੰ ਔਨਲਾਈਨ ਪੜ੍ਹਾਈ ਹੋਣ ਕਰਕੇ ਮੈਨੂੰ ਪ੍ਰੋਬਲਮ ਆ ਅਤੇ ਇਹ ਇੱਕ ਵਾਰੀ ਕਾਫੀ ਇਹਨਾਂ ਨੇ ਕੋਈ ਸ਼ੇਅਰ ਕੀਤੀ ਸੀ ਗੱਲ ਇਹਨਾਂ ਨੇ ਕੁਛ ਇੱਕ ਦੋ ਦਿਨ ਪਹਿਲਾਂ, ਪਰ ਫਿਰ ਵੀ ਫਿਰ ਕਹਿ ਰਹੇ ਸੀ ਇਹਦੇ ਪੇਰੈਂਟਸ ਵੀ ਸਭ ਕੁਝ ਨੋਰਮਲ ਸੀ ਅਤੇ ਹੁਣ ਇਸ ਤਰ੍ਹਾਂ ਇਹਨੇ ਕਮਿਟ ਕਰ ਲਿਆ ਅਤੇ ਜਿਹਦੀ ਉਮੀਦ ਨਹੀਂ ਸੀ ਵੀ ਮਤਲਬ ਕਾਫੀ ਇੰਟੈਲੀਜੈਂਟ ਸੀ ਲੜਕੀ ਅਤੇ ਕਾਫੀ ਕੈਂਬਰੇਜ ਸਕੂਲ ਪੜ੍ਹਦੀ ਹੈ, ਕਮਰਸ ਦੀ ਸਟੂਡੈਂਟ ਹੈ ਅਤੇ ਬਾਹਰ ਦਾ ਵੀ ਇਹਦਾ ਕੋਈ ਪ੍ਰੋਗਰਾਮ ਉਹ ਬਣਵਾ ਰਹੇ ਸੀ। ਔਰ ਇਹਦੇ ਪਰਿਵਾਰ 'ਚ ਕੁਝ ਹੋਰ ਜਿਹਦੇ ਨਾਲ ਗੱਲ ਕੀਤੀ ਹੋਵੇ ਜਦੋਂ ਇਹ ਤਣਾਅ 'ਚ ਰਹਿਣ ਲੱਗ ਗਈ ਸੀ, ਕਿਸੇ ਨਾਲ ਗੱਲ ਕੀਤੀ ਉਹਨੇ ਫਾਦਰ ਨਾਲ ਜਾਂ ਆਪਣੇ ਭੈਣ ਭਰਾ ਕਿਸੇ ਨਾਲ? ਇਹਦੇ ਫਾਦਰ ਸਾਹਿਬ ਕਹਿ ਰਹੇ ਸੀ ਵੀ ਸਾਨੂੰ ਲੱਗਦਾ ਸੀ ਵੀ ਇਹ ਸਟ੍ਰੈਸ ਦੇ ਵਿੱਚ ਆ, ਅਸੀਂ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਮਤਲਬ ਬੇਟਾ ਕੋਈ ਪ੍ਰੋਬਲਮ ਹੋਵੇ ਤਾਂ ਮਤਲਬ ਸ਼ੇਅਰ ਕਰੋ ਅਤੇ, ਪਰ ਇਹਨੇ ਅਚਾਨਕ ਇਹੋ ਜਿਹਾ ਵੱਡਾ ਸਟੈਪ ਲੈ ਲਿਆ ਅਤੇ ਉਹਦੇ ਬਾਰੇ ਉਹ ਵੀ ਹੈਰਾਨ ਨੇ, ਕਾਫੀ ਪਰੇਸ਼ਾਨ ਨੇ ਵੀ ਇਸ ਤਰ੍ਹਾਂ ਇਹਨੇ ਕਿਉਂ। ਤੁਹਾਡੇ ਕੋਲ ਜੀ ਕੋਈ ਸੁਸਾਈਡ ਨੋਟ ਆਇਆ ਬੱਚੇ ਦਾ? ਹਾਂਜੀ, ਇਹਦੇ ਵਿੱਚ ਇਹੋ ਨੇ ਕਿਹਾ ਵੀ ਮੈਂ ਜਿਹੜੀ ਆਪਣੀ ਆ ਪ੍ਰੋਬਲਮਸ ਆ ਵੀ ਉਹ ਫੇਸ ਨਹੀਂ ਕਰ ਸਕਦੀ ਅਤੇ ਹੋਰ ਇਹਦੇ ਵਿੱਚ ਸਟ੍ਰੈਸ ਦੀ ਜ਼ਿਆਦਾ ਮੇਨ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਜੀ। ਪੁਲਿਸ ਹੁਣ ਕੀ ਕਾਰਵਾਈ ਕਰ ਰਹੀ? ਪੋਸਟਮਾਰਟਮ ਹੋ ਗਿਆ ਬਾਡੀ ਦਾ ਅਤੇ ਪੁਲਿਸ ਕੀ ਕਾਰਵਾਈ ਕਰੀ? ਪੋਸਟਮਾਰਟਮ ਇਹਦਾ ਅਸੀਂ ਕਰਵਾ ਦਿੱਤਾ, 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਫਿਰ ਇਹਨਾਂ ਦੇ ਹਵਾਲੇ ਕਰ ਦਿੱਤੀ ਆਪਾਂ ਪੇਰੈਂਟਸ ਦੇ ਅਤੇ ਹਾਲੇ ਫਿਲਹਾਲ ਪਹਿਲਾਂ ਤਾਂ ਇਹੋ ਹੀ ਆ ਰਿਹਾ ਵੀ ਕੋਈ ਸਟ੍ਰੈਸ ਕਰਕੇ ਇਹਨਾਂ ਨੇ ਆਪਣੀ ਸੁਸਾਈਡ ਕਮਿਟ ਹੋਇਆ ਅਤੇ ਬਾਕੀ ਜੋ ਵੀ ਅਸੀਂ ਜਾਂਚ ਕਰ ਰਹੇ ਹਾਂ ਜੋ ਵੀ ਹੋਏਗਾ ਉਹ ਸਾਹਮਣੇ ਆ ਜਾਏਗਾ ਜੀ। ਜੇ ਦੇਖੀਏ ਪਲੱਸ ਵਨ ਕੀ ਛਾਤਰਾ ਨੇ ਇਸ ਲਈ ਸੁਸਾਈਡ ਕਰ ਲਿਆ ਹੈ ਕਿਉਂਕਿ ਉਸਕੋ ਜੋ ਔਨਲਾਈਨ ਕਲਾਸਾਂ ਸਮਝ ਨਹੀਂ ਆਤੀ ਥੀ। ਆਪ ਬਹੁਤ ਇਹ ਬੜੀ ਗੰਭੀਰ ਬਾਤ ਹੈ, ਔਨਲਾਈਨ ਕਲਾਸਾਂ ਲਾਕਡਾਊਨ ਕੇ ਚਲਤੇ ਸਾਰੀ ਪੜ੍ਹਾਈ ਜੋ ਔਨਲਾਈਨ ਹੋ ਰਹੀ ਹੈ, ਹੋ ਸਕਤਾ ਹੈ ਕਿ ਬੱਚੋਂ ਕੋ ਉਸਕੀ ਸਮਝ ਨਾ ਆਤੀ ਹੋ, ਲੇਕਿਨ ਅਗਰ ਆਪਕਾ ਬੱਚਾ ਕਹੀਂ ਗੁੰਮਸੁੰਮ ਰਹਿਤਾ ਹੈ ਤੋ ਉਸ ਪਰ ਵੀ ਧਿਆਨ ਰੱਖੀਏ, ਕਹੀਂ ਉਹ ਐਸਾ ਕੋਈ ਕਦਮ ਨਾ ਉਠਾ ਲੇ ਜੋ ਆਪਕੇ ਲੀਏ ਬਾਅਦ ਮੇ ਮੁਸ਼ਕਿਲ ਭਰਾ ਹੋ ਸਕਤਾ ਹੈ। ਉਸ ਪਰ ਜ਼ੋਰ ਨਾ ਡਾਲੇ, ਦਬਾਵ ਨਾ ਬਣਾਏ, ਉਸਕਾ ਹਮੇਸ਼ਾ ਉਸਕੇ ਸਾਥ ਬਾਤਚੀਤ ਕਰੇ ਔਰ ਦੋਸਤਾਨਾ ਵਿਵਹਾਰ ਬਣਾਏ। ਪੁਲਿਸ ਨੇ ਵੀ ਇਹੀ ਕਿਹਾ ਹੈ ਕਿ ਬੱਚੋਂ ਕੋ ਇਸ ਸਮੇਂ ਬਹੁਤ ਸੰਭਾਲਨੇ ਕੀ ਜ਼ਰੂਰਤ ਹੈ, ਕਹੀਂ ਉਹ ਕੋਈ ਗਲਤ ਸਟੈਪ ਨਾ ਉਠਾ ਲੇ। ਹਮਾਰੀ ਵੀ ਆਪਣੇ ਚੈਨਲ ਕੇ ਮਾਧਿਅਮ ਸੇ ਜੋ ਬੱਚੇ ਔਨਲਾਈਨ ਪੜ੍ਹਾਈ ਕਰਤੇ ਹੈ ਉਨਸੇ ਯਹੀ ਦਰਖਾਸਤ ਹੈ ਕਿ ਸਟ੍ਰੈਸ ਨਾ ਲੇ, ਅਗਰ ਉਨਕੋ ਸਮਝ ਨਹੀਂ ਆਤੀ ਹੈ ਤੋ ਆਪਣੇ ਸਕੂਲ ਮੇ ਜਾਂ ਕਾਲਜ ਮੇ ਜਾਂ ਆਪਣੇ ਪਰਿਜਨੋ ਸੇ ਬਾਤ ਕਰੇ, ਜੇ ਜੋ ਆਤਮ ਹੱਤਿਆ ਜੈਸਾ ਕਦਮ ਨਾ ਉਠਾਏ। ਅੰਮ੍ਰਿਤਸਰ ਸੇ D4 ਨਿਊਜ਼ ਕੇ ਲਈ ਦੀਪਕ ਭੰਡਾਰੀ ਕੀ ਖਾਸ ਰਿਪੋਰਟ।